ਸੀਟ ਸ਼ੇਅਰਿੰਗ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਰ ਹੁਣ ਦਿੱਲੀ ਦੇ ਵਿੱਚ ਮੀਟਿੰਗ ਹੈ ਪੰਜਾਬ ਦੇ ਵਿੱਚ ਕੀ ਬਣੇਗਾ ਦਿੱਲੀ ਚ ਕੀ ਬਣੂਗਾ ਹੋਰ ਥਾਂ ਇ ਕੀ ਬਣੇਗਾ ਇਸ ਤੇ ਬਹੁਤ ਅਹਿਮ ਖਬਰ ਤੇ ਜਿਹੜੀ ਆ ਗੱਲਬਾਤ ਕਰਾਂਗੇ ਬਹੁਤ ਅਹਿਮ ਹੀ ਖਬਰ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਮੀਟਿੰਗ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਕੀ ਕੁਝ ਬਣੇਗਾ ਇਸ ਤੇ ਗੱਲਬਾਤ ਕਰਾਂਗੇ ਉਧਰ ਨਵਾਂ ਵਰਾ ਆਮ ਆਦਮੀ ਪਾਰਟੀ ਦੇ ਵਾਸਤੇ ਕਈ ਪੱਖਾਂ ਤੋਂ ਜਿਹੜਾ ਉਹ ਵੱਡੇ ਇਮਤਿਹਾਨਾਂ ਵਾਲਾ ਸ਼ਰਾਬ ਪਾਲਿਸੀ ਅਤੇ ਜਿਹੜੀ ਬਿਜਲੀ ਦਰਾਂ ਨੂੰ ਲੈ ਕੇ ਬਹੁਤ ਵੱਡੇ ਸੰਕਟ ਦੇ ਵਿੱਚ ਜਿਹੜੀ ਫਸਦੀ ਜਾ ਰਹੀ ਆਮ ਆਦੀ ਪਾਰਟੀ ਇਹਨਾਂ ਦੋਵਾਂ ਤੇ ਕਿਵੇਂ ਇਹ ਨਵੇਂ ਬਰੇ ਦੇ ਵਿੱਚ ਨਿਕਲੂਗੀ ਆਮ ਆਦੀ ਪਾਰਟੀ ਇਸ ਤੇ ਅਹਿਮ ਗੱਲਬਾਤ ਕਰਾਂਗੇ ਤਾਂ ਉਧਰ ਤਿੰਨ ਮੰਤਰੀਆਂ ਦੀ ਛੁੱਟੀ ਹੋਈ ਹੈ ਕਿਉਂ ਹੋਈ ਹੈ ਛੁੱਟੀ ਕਿਹੜੇ ਉਹ ਮੰਤਰੀ ਨੇ ਗੱਲ ਇਸ ਤੇ ਵੀ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ EVM ਦੇ ਉੱਪਰ ਵੀ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕੀ ਕੁਝ ਕੈਰਿਆ uh, EVM ਦੇ ਮਸਲੇ ਦੇ ਉੱਪਰ ਗੱਲ ਇਸ ਤੇ ਵੀ ਕਰਾਂਗੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜ ਚੁੱਕੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਸ਼ੁਕਰੀਆ ਹਰਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਪਹਿਲੀ ਇਸੇ ਖਬਰ ਤੋਂ ਕਰਦੇ ਆ ਜਿਹੜੀ ਸੀਟ ਸ਼ੇਅਰਿੰਗ ਵਾਲੀ ਖਬਰ ਹੈ ਅੱਜ ਸੀਟ ਸ਼ੇਅਰਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਰ ਜਿਹੜੀ ਹੈ ਉਹ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ ਜੇ ਆਮ ਆਦਮੀ ਪਾਰਟੀ ਦਾ ਦੇਖੀਏ ਆਧਾਰ ਇਸ ਵਕਤ ਦੋ ਹੀ ਥਾਵਾਂ ਤੇ ਆਧਾਰ ਹੈ ਕਿਉਂਕਿ ਸਰਕਾਰ ਵੀ ਉਹਨਾਂ ਦੀ ਦੋ ਹੀ ਥਾਂ ਤੇ ਹੈ ਬਾਕੀ ਪੂਰੇ ਦੇਸ਼ ਦੇ ਵਿੱਚ ਜੋ ਕੁਝ ਹੋਇਆ ਆਪਣੇ ਸਾਹਮਣੇ ਆ ਅੱਧਾ ਪਰਸੈਂਟ ਤੋਂ ਵੀ ਵੋਟ ਘੱਟ ਪਈ ਹੈ ਜੇ ਇਹ ਸੀਟ ਸ਼ੇਅਰਿੰਗ ਨੂੰ ਲੈ ਕੇ ਜਿਹੜੀ ਚਰਚਾ ਹੋਣੀ ਹੈ ਤਾਂ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਹੈ ਭਾਵ ਹੈ ਕਿ ਪੰਜਾਬ ਔਰ ਦਿੱਲੀ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਚਰਚਾ ਹੋਏਗੀ ਪਰ ਪੰਜਾਬ ਦੇ ਲੀਡਰ ਹਾਈ ਕਮਾਂਡ ਦੇ ਕੋਲ ਜਾ ਕੇ ਸਖਤ ਪਹਿਲਾਂ ਹੀ ਸਟੈਂਡ ਲੈ ਚੁੱਕੇ ਆ ਕਿ ਭਾਈ ਅਸੀਂ ਜਿਹੜਾ ਇਹਨਾਂ ਦੇ ਨਾਲ ਗਠਜੋੜ ਨਹੀਂ ਕਰ ਸਕਦੇ ਆ ਆ ਗੱਲਾਂ ਨੇ ਹੁਣ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਦੂਜਾ ਪਰਚਾ ਹੋਣ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਵੀ ਇੱਕ ਸਖਤ ਸਟੈਂਡ ਲੈ ਲਿਆ ਗਿਆ ਉਹ ਕਹਿੰਦੇ ਕਿ ਸਾਡੇ ਇਸ ਲੀਡਰ ਦੇ ਨਾਲ ਧੱਕਾ ਹੋਇਆ ਤੇ ਅਸੀਂ ਇਹਨਾਂ ਨਾਲ ਇਸ ਤਰੀਕੇ ਨਾਲ ਗਠਜੋੜ ਜਿਹੜਾ ਉਹ ਨਹੀਂ ਕਰ ਸਕਦੇ ਇਹ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਔਰ ਪੰਜਾਬ ਜਿਹੜੇ ਕਾਂਗਰਸ ਵਾਲਿਆਂ ਦੇ ਆ ਪੰਜਾਬ ਦੇ ਵਿੱਚ ਆਪਸ ਦੇ ਵਿੱਚ ਬਣੇ ਹੋਇਆ ਸਿੰਘ ਫਸੇ ਹੋਇਆ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਤੇ ਵੀ ਧੱਕਾ ਹੋਇਆ ਰਾਜਾ ਵੜਿੰਗ ਹੋਣਾ ਨੇ ਵੀ ਸਟੈਂਡ ਲਿਆ ਔਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੂਰੀ ਕਾਂਗਰਸ ਨੇ ਜਿਸ ਤਰੀਕੇ ਨਾਲ ਸਟੈਂਡ ਲਿਆ ਹੈ ਕਿ ਭਾਈ ਆਪਾਂ ਨਹੀਂ ਗਠਜੋੜ ਕਰਨਾ ਤਾਂ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਦਿੱਲੀ ਦੇ ਵਿੱਚ ਜੋ ਮੀਟਿੰਗ ਹੋਣ ਵਾਲੀ ਹੈ ਇਹ ਸਾਰੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਸੀਟ ਸ਼ੇਅਰਿੰਗ ਕਰ ਲਈ ਜਾਊਗੀ ਕਿ ਇਹ ਸੌਖੀ ਰਹੂਗੀ ਜਾਂ ਫਿਰ ਕਹ ਦੀਏ ਕਿ ਹਲੇ ਮੀਟਿੰਗ ਦੇ ਵਿੱਚ ਕੋਈ ਫੈਸਲਾ ਚੰਗੇ ਤਰੀਕਿਆਂ ਨਾਲ ਨਹੀਂ ਹੋ ਸਕਦਾ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸੁਖਵਿੰਦਰ ਜੀ ਮੁਸ਼ਕਲ ਲੱਗਦਾ ਹੈ ਕਿਉਂਕਿ ਦੋਨੇ ਪਾਰਟੀਆਂ ਦੇ ਸਟੈਂਡ ਬੜੇ ਸਖਤ ਨੇ ਔਰ ਬੜੀ ਕਲੀਅਰ ਗੱਲ ਹੈ ਕੱਲ ਪਵਨ ਖੇੜਾ ਦਾ ਵੀ ਟਵੀਟ ਖੈਰਾ ਸਾਹਿਬ ਦੇ ਹੱਕ ਦੇ ਵਿੱਚ ਆਇਆ ਸੀਗਾ ਸੈਂਟਰ ਲੀਡਰਸ਼ਿਪ ਹੈ ਜਿਹੜੀ ਉਹ ਵੀ ਇਹ ਗੱਲ ਦਾ ਨੋਟਿਸ ਲੈ ਰਹੀ ਹੈ ਕਿ ਇਹ ਜਿੱਥੇ ਕਿਤੇ ਵੀ ਕੋਈ ਵਿਰੋਧ ਕਰ ਰਿਹਾ ਹੈ ਕਾਂਗਰਸੀ ਉਹਨੂੰ ਵਿਕਟਿਮਾਈਜ਼ ਬੜੀ ਬੁਰੀ ਤਰ੍ਹਾਂ ਕਰ ਰਹੀ ਹੈ ਪੰਜਾਬ ਦੀ ਗਵਰਨਮੈਂਟ ਹੂੰ ਇਸ ਗੱਲ ਦਾ ਮੇਰਾ ਖਿਆਲ ਹੈ ਵੀ ਇਹ ਬੜਾ ਵੱਡਾ ਅੜਿੱਕਾ ਹੈ ਹਾਂ ਦਿੱਲੀ ਦੇ ਵਿੱਚ ਵੀ ਪਹਿਲਾਂ ਆਪਾਂ ਦੇਖਿਆ ਹੀ ਹੈ ਕੁਝ ਹੋਇਆ ਸੀਗਾ ਪਰ ਇਹ ਹੈ ਕਿ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਰੋਲ ਹੈ ਅਰਵਿੰਦ ਕੇਜਰੀਵਾਲ ਜੀ ਦਾ ਖਾਸ ਕਰਕੇ ਮੰਮਤਾ ਬੇਨਰਜੀ ਨਾਲ ਰੜਕੇ ਜਿਸ ਤਰ੍ਹਾਂ ਖੜਗੇ ਦਾ ਨਾਮ ਪ੍ਰਪੋਜ਼ ਕੀਤਾ ਗਿਆ ਇਹਨਾਂ ਦਾ ਸ਼ਰਾਰਤ ਵਾਲਾ ਰੋਲ ਹੈ ਇੰਡੀਆ ਫਰੰਟ ਦੇ ਓਵਰਆਲ ਫਰੇਮਵਰਕ ਦੇ ਵਿੱਚ ਵੀ ਹਾਂ 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 ਸੋ ਮੇਰਾ ਨਹੀਂ ਖਿਆਲ ਕਿ ਇਹ ਚੱਲ ਸਕਣਗੇ ਦੋ ਥਾਵਾਂ ਤੇ ਹੀ ਹੈ ਬਾਕੀ ਥਾਵਾਂ ਤੇ ਤਾਂ ਐਵੇਂ ਇਹਨਾਂ ਨੇ 1/2 ਪਰਸੈਂਟ ਵੋਟ ਮਸ ਹੀ ਲਈ ਹੈ ਘਟਿਆ ਉਹ ਹਾਂ ਦੂਜੀ ਚੀਜ਼ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਬਾਹਰ ਬੇਸ਼ੱਕ ਨਹੀਂ ਆ ਰਹੀਆਂ ਗੱਲਾਂ ਆਮ ਆਦਮੀ ਦੇ ਅੰਦਰ ਵੀ ਬੜਾ ਕਲੇਸ਼ ਹੈ। ਖਾਸ ਕਰਕੇ ਜਿਸ ਤਰੀਕੇ ਦੇ ਨਾਲ ਈਡੀ ਦਾ ਸਾਆ ਉਹਨਾਂ ਦੇ ਉੱਪਰ ਪਿਆ ਹੋਇਆ ਹੈ ਜਿਸ ਤਰ੍ਹਾਂ ਵਿਪਾਸਨਾ ਕਰਦੇ ਭੱਜੇ ਫਿਰ ਰਹੇ ਨੇ ਉਹਨਾਂ ਦਾ ਆਪਣਾ ਹਾਊਸ ਵੀ ਆਰਡਰ 'ਚ ਨਹੀਂ ਹੈ। ਸੋ ਮੇਰਾ ਖਿਆਲ ਹੈ ਇਸ ਮੀਟਿੰਗ 'ਚ ਕੋਈ ਸਟਾ ਸ਼ਾਇਦ ਹੀ ਨਿਕਲੇ ਪਰ ਅਲਟੀਮੇਟ ਸਟਾ ਜਿਹੜਾ ਨਿਕਲਣਾ ਹੈ ਇਹਨਾਂ ਨੇ ਉਹ ਇੰਡੀਆ ਫਰੰਟ ਤੋਂ ਬਾਹਰ ਹੀ ਜਾਣਾ ਹੈ ਨਾਲ ਚੱਲਣਾ ਬੜਾ ਮੁਸ਼ਕਲ ਲੱਗਦਾ ਹੈ। ਖਾਸ ਕਰਕੇ ਪੰਜਾਬ ਦੇ ਕੇਸ ਦੇ ਵਿੱਚ। ਪੰਜਾਬ ਦੇ ਵਿੱਚ ਕਾਂਗਰਸ ਬਿਲਕੁਲ ਲੂਜ਼ ਕਰੋਗੇ ਯਾਰ ਸਾਰੇ ਕਾਂਗਰਸੀ ਇਸ ਗੱਲ ਤੇ ਯੂनाइटेड ਨੇ ਲਗਭਗ ਹੂੰ ਬੇਸ਼ੱਕ ਸਿੱਧੂ ਸਾਹਿਬ ਨੇ ਉੱਥੇ ਸਟੈਂਡ ਲਿਆ ਹਾਈ ਕਮਾਂਡ ਦੇ ਨਾਲ ਪਰ ਮੇਰਾ ਖਿਆਲ ਹੈ ਵੀ ਐਲਾਈਅੰਸ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਵੀ ਆਪਣਾ ਰਿਵਿਊ ਕਰਨਾ ਹੀ ਪੈਣਾ ਹੈ ਪੰਜਾਬ ਦੇ ਵਿੱਚ ਕਾਂਗਰਸ ਨੂੰ ਕਿਸੇ ਸੂਰਤ ਦੇ ਵਿੱਚ ਵੀ ਸੂਟ ਨਹੀਂ ਕਰਦਾ ਕਿਉਂਕਿ ਸਰਕਾਰ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੈ ਹੂੰ ਕਾਂਗਰਸ ਦਾ ਜਿਹੜਾ ਮਤਲਬ ਆਪਣਾ ਆਧਾਰ ਹੈ ਜੇ ਉਹਨਾਂ ਨੇ ਰੀਕਲੇਮ ਕਰਨੇ ਤਾਂ ਉਹਨਾਂ ਨੂੰ ਇਲੈਕਸ਼ਨਾਂ 'ਚ ਦਿਖਾਉਣਾ ਪੈਣਾ ਕੁਝ ਨਾ ਕੁਝ ਹੂੰ ਹੂੰ ਸੋ ਇਹ ਮੇਰਾ ਖਿਆਲ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਕੋਈ ਸੱਟਾ ਨਿਕਲਣਾ ਸੰਭਾਵਨਾ ਘੱਟ ਲੱਗਦੀ ਹੈ ਉਹ ਸਾਰੀਆਂ ਪਾਰਟੀਆਂ ਨਾਲ ਕਰ ਰਹੇ ਨੇ ਕਾਂਗਰਸ ਵਾਲੇ ਪਹਿਲਾਂ ਉਹਨਾਂ ਨੇ ਜਨਤਾ ਦਲ ਯੂ ਨਾਲ ਹੋਰ ਉਹਨਾਂ ਨਾਲ ਵੀ ਸਾਰੀਆਂ ਸਟੇਟਾਂ ਲੈਵਲ ਤੇ ਉਹ ਕਰ ਰਹੇ ਨੇ ਇੱਕ ਚੀਜ਼ ਇਹ ਵੀ ਸਰ ਬੜੀਆਂ ਜਾਂਦੀਆਂ ਲੋਕਾਂ ਦੇ ਵਿੱਚ ਕਿ ਭਾਈ ਜਦੋਂ ਹਾਈ ਕਮਾਂਡ ਨੇ ਆਪਣੇ ਤੌਰ ਤੇ ਕੋਈ ਫੈਸਲਾ ਲੈਣਾ ਠੀਕ ਆ ਸੁਣ ਸੁਣ ਜ਼ਰੂਰ ਲੈਂਦੇ ਆ ਲੀਡਰਾਂ ਦੀ ਸੂਬਿਆਂ ਵਾਲਿਆਂ ਦੀ ਪਰ ਉਹ ਮੰਨਦੇ ਨਹੀਂ ਜਿਹਦੇ ਸਿੱਟੇ ਵਜੋਂ ਤੁਸੀਂ ਦੇਖ ਲਓ ਕਾਂਗਰਸ ਸੰਗੜ ਕੇ 2-3 ਸੂਬਿਆਂ ਦੇ ਵਿੱਚ ਹੀ ਰਹਿ ਗਈ ਹੈ ਤਾਂ ਤੁਹਾਨੂੰ ਕੀ ਲੱਗਦਾ ਡਾਕਟਰ ਸਾਹਿਬ ਕੀ ਇਹਨਾਂ ਸਾਰਿਆਂ ਨੂੰ ਅੱਖੋਂ ਪਰੋਖੇ ਕਰਕੇ ਕੋਈ ਫੈਸਲਾ ਲਿਆ ਜਾ ਸਕਦਾ ਜਾਂ ਇਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਫੈਸਲਾ ਹਾਈ ਕਮਾਂਡ ਨੂੰ ਲੈਣਾ ਚਾਹੀਦਾ ਜਾਂ ਲਿਆ ਜਾਊਗਾ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਕੀ ਲੱਗਦਾ ਹੈ ਕਿ ਕਿਉਂਕਿ ਬਹੁਤੇ ਲੇਖਦਾਰ ਮੈਂ ਫੇਰ ਉਹੀ ਗੱਲ ਦੁਹਰਾ ਰਿਹਾ ਕਿ ਬਹੁਤੇ ਲੋਕ ਇਹ ਸੋਚਦੇ ਆ ਕਿ ਭਾਈ ਜੇ ਹਾਈ ਕਮਾਂਡ ਨੇ ਫੈਸਲਾ ਲੈਣਾ ਨਾ ਤਾਂ ਫਿਰ ਪੰਜਾਬ ਦੇ ਲੀਡਰਾਂ ਦੀ ਪ੍ਰਵਾਹ ਨਹੀਂ ਕਰਨੀ ਤੁਹਾਨੂੰ ਕੀ ਲੱਗਦਾ ਇਹ ਗੱਲ ਤਾਂ ਬਿਲਕੁਲ ਠੀਕ ਹੈ ਉਹ ਪੰਜਾਬ ਦੇ ਲੀਡਰਾਂ ਦੀ ਨਹੀਂ ਪਰਵਾਹ ਕਰਦੇ ਕਿਉਂਕਿ ਪੰਜਾਬ ਦੀਆਂ 13 ਸੀਟਾਂ ਨੇ ਮਤਲਬ 14ਵੀਂ ਤੁਸੀਂ ਚੰਡੀਗੜ੍ਹ ਦੀ ਲਾ ਲਓ ਦਿੱਲੀ ਦੀਆਂ 7 ਲਾ ਲਓ ਗੱਲ ਇਹ ਸੀਟਾਂ ਵੀ ਜ਼ਿਆਦਾ ਨਹੀਂ ਹਨ ਆਮ ਆਦਮੀ ਪਾਰਟੀ ਜੇ ਇਹਨਾਂ ਨੂੰ ਕਿਤੇ ਹੋਰ ਮਤਲਬ ਹੁੰਦਾ ਨਾ ਮੱਧ ਪ੍ਰਦੇਸ਼ ਹੁੰਦਾ ਰਾਜਸਥਾਨ ਹੁੰਦਾ ਯੂਪੀ ਹੁੰਦੀ ਬਿਹਾਰ ਹੁੰਦਾ ਫਿਰ ਹੋਰ ਗੱਲ ਸੀ ਇਹਨਾਂ ਦਾ ਆਧਾਰ ਵੀ ਥੋੜੀਆਂ ਸੀਟਾਂ ਤੇ ਹੀ ਹੈ ਨਾ ਇੱਕ ਤਾਂ ਪਹਿਲੀ ਗੱਲ ਦੂਜੀ ਗੱਲ ਕਿ ਜਿਹੜਾ ਸੈਂਟਰਲ ਲੈਵਲ ਦੇ ਉੱਪਰ ਸੈਂਟਰ ਲੀਡਰਸ਼ਿਪ ਦਾ ਵੀ ਜਿਹੜਾ ਆਪ ਦੀ ਲੀਡਰਸ਼ਿਪ ਦੇ ਨਾਲ ਰਿਸ਼ਤਾ ਹੈ ਉਹ ਵੀ ਤਾਂ ਨਾਰਮਲ ਨਹੀਂ ਹੈ ਨਾ ਹੂੰ ਇਹ ਠੀਕ ਹੈ ਪੰਜਾਬ ਵਾਲਿਆਂ ਦੀ ਬੇਸ਼ੱਕ ਉਹ ਨਾ ਸੁਣਨ ਪਰ ਜਿੰਨਾ ਹੁਣ ਤੱਕ ਰੋਲ ਰਿਹਾ ਹੈ ਉੱਥੇ ਮੇਰਾ ਖਿਆਲ ਆ ਆਮ ਆਦਮੀ ਪਾਰਟੀ ਦੇ ਨਮਾਇੰਦਿਆਂ ਦਾ ਉਹਦੇ ਵਿੱਚ ਉਹਨਾਂ ਨੇ ਬੜਾ ਸਪੇਸ ਦਿੱਤਾ ਸਾਰਾ ਕੁਝ ਕਰਿਆ ਪਰ ਉਹ ਸ਼ਰਾਰਤਪੂਰ ਨਹੀਂ ਰਿਹਾ ਹੂੰ ਮਤਲਬ ਕੋਈ ਇਹ ਨਹੀਂ ਵੀ ਇਹ ਉੱਥੇ ਕੋਰ ਦੇ ਵਿੱਚ ਨੇ ਜਿਸ ਤਰ੍ਹਾਂ ਲਾਲੂ ਪ੍ਰਸ਼ਾਦ ਹੈ ਜਾਂ ਨਿਤਿਸ਼ ਕੁਮਾਰ ਹੈ ਜਿਹੜੇ ਅੰਦਰ ਨੇ ਜਿਹੜੇ ਹੂੰ ਇੰਡੀਆ ਦਾ ਜਿਹੜਾ ਮਤਲਬ ਇੰਡੀਆ ਇਕੱਠ ਜੋੜਦੀਆਂ ਸੈਂਟਰਲ ਪਾਰਟੀਆਂ ਨੇ ਜਿਹੜੀਆਂ ਹੂੰ ਹੂੰ ਸੋ ਇਸ ਕਰਕੇ ਮੇਰਾ ਨਹੀਂ خیال ਕਿ ਉਹ ਬਹੁਤਾ ਉਹ ਗਿਣਤੀ ਮਿੰਤੀ ਕਰਨਗੇ ਕਿ ਕਿੰਨੀਆਂ ਕਿ ਸੇਟਾਂ ਤੇ ਇਹ ਡੈਮੇਜ ਕਰ ਸਕਦੇ ਨੇ ਹੂੰ 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 ਸੋ ਇੰਨਾ ਕੀ ਹੋਊਗਾ ਮੇਰਾ خیال ਹੈ ਜੇ ਉਹਨਾਂ ਦੀ ਇਹ ਆਪਣੀ ਸਟੱਡੀ ਹੁੰਦੀ ਹੈ ਕਿ ਬਹੁਤ ਡੈਮੇਜ ਕਰਨ ਦੀ ਵੀ ਕਵੈਸਟਿਚ ਨਹੀਂ ਫਿਰ ਉਹ ਬਿਲਕੁਲ ਨਹੀਂ ਕਰਨਗੇ ਹੂੰ ਬਿਲਕੁਲ ਬਿਲਕੁਲ ਤਾਂ ਇਹ ਵੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਵੀ ਇਸ ਵਾਲੇ ਪਾਸੇ ਨੂੰ ਘੱਟ ਧਿਆਨ ਦੇ ਰਿਹਾ ਕਿ ਹੋ ਸਕਦਾ ਹੈ ਕਿ ਉਹ ਵੀ ਇਹੀ ਸੋਚਦੇ ਆ ਕਿ ਆਮ ਆਦੀ ਪਾਰਟੀ ਦੇ ਨਾਲ ਜੇ ਨਾ ਗਠਜੋੜ ਕੀਤਾ ਜਾਵੇ ਤਾਂ ਤਾਂ ਬੈਟਰ ਹੈ ਸੂਤਰ ਇਹ ਗੱਲ ਜਾਣਕਾਰੀ ਦਿੰਦੇ ਆ ਹੁਣ ਫਾਈਨਲ ਫੈਸਲਾ ਕੀ ਲਿਆ ਜਾਂਦਾ ਇਹ ਗੱਲ ਜਿਹੜੀ ਆ ਦੇਖਣ ਵਾਲੀ ਹੈ ਪਰ ਚਰਚਾਵਾ ਇਸ ਕਰਕੇ ਜਾਦਾ ਵੱਧ ਜਾਂਦੀਆਂ ਸੀਟ ਸ਼ੇਅਰਿੰਗ ਦੀਆਂ ਕਿਉਂਕਿ ਦੋ ਹੀ ਜਗ੍ਹਾ ਦੇ ਉੱਪਰ ਦਿੱਲੀ ਔਰ ਪੰਜਾਬ ਦੇ ਵਿੱਚ ਇਹਨਾਂ ਦਾ ਆਧਾਰ ਹੈ ਔਰ ਜੇ ਸੀਟ ਸ਼ੇਅਰਿੰਗ ਦੇ ਮਸਲੇ ਤੇ ਇਹਨਾਂ ਨੇ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜ਼ਾਹਿਰ ਹੈ ਕਿ ਇਹਨਾਂ ਦੋਵਾਂ ਸੂਬਿਆਂ ਨੂੰ ਅਗੇਰਾ ਕੇ ਹੀ ਜਿਹੜੀ ਆ ਉਹ ਕੀਤੀ ਗਈ ਹੋਊਗੀ ਪਰ ਹੁਣ ਦੇਖਦੇ ਹਾਂ ਕਿ ਕਾਂਗਰਸ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਲੀਡਰਾਂ ਦੀਆਂ ਦਿੱਤੀਆਂ ਦਲੀਲਾਂ ਨੂੰ ਜਾਂ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਸਟੈਂਡ ਨੂੰ ਸਮਝ ਕੇ ਫੈਸਲਾ ਲੈਂਦੀ ਹੈ ਜਾਂ ਫਿਰ ਆਪਣੇ ਕੁਝ ਹਿੱਤ ਅੱਗੇ ਰੱਖ ਕੇ ਜਿਹੜਾ ਉਹ ਫੈਸਲਾ ਲੈਂਦੀ ਹੈ ਇਹ ਗੱਲ ਜਿਹੜੀ ਦੇਖਣ ਵਾਲੀ ਹੋਊਗੀ ਚਲੋ ਅਗਲੀ ਖਬਰ ਡਾਕਟਰ ਸਾਹਿਬ ਬੜੀ ਅਹਿਮ ਹੈ ਅਗਲੀ ਖਬਰ ਵੀ ਬੜੀ ਅਹਿਮ ਹੈ ਕਿ ਨਵੇਂ ਸਾਲ ਦੇ ਵਿੱਚ ਚੋਣਵਰੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਚੋਣਵਾਰਾ ਇਸ ਲਈ ਕਿਉਂਕਿ ਕਈ ਸੂਬਿਆਂ ਵਿੱਚ ਚੋਣਾਂ ਵੀ ਹੋਣੀਆਂ ਹਨ ਤੇ ਨਾਲ ਨਾਲ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਨੇ ਤੇ ਇਸ ਸਾਲ ਦੇ ਵਿੱਚ ਕਹਿੰਦੇ ਕਿ ਸ਼ਰਾਬ ਨੀਤੀ ਤੇ ਬਿਜਲੀ ਦਰਾਂ ਦੇ ਵਾਅਦੇ ਦੇ ਫੈਸਲੇ ਲੈਣੇ ਜਿਹੜੇ ਆ ਉਹ ਆਸਾਨ ਨਹੀਂ ਹੋਣਗੇ ਕਿਉਂਕਿ ਚੋਣਾਂ ਦਾ ਵਹਰਾ ਇੱਥੇ ਤਾਂ ਜੇ ਘਟਾਵਾਂਗੇ ਸਾਰਾ ਕੁਝ ਲੋਕਾਂ ਦੇ ਲਈ ਤਾਂ ਫੇਰ ਹੀ ਸਿਸਟਮ ਬਣਨਾ ਹੈ ਜੇ ਬਿਜਲੀ ਦਰਾਂ ਤੇ ਸ਼ਰਾਬ ਨੀਤੀ ਦੇ ਵਾਧੇ ਵਾਲੇ ਪਾਸੇ ਨੂੰ ਜਾਵਾਂਗੇ ਉਹ ਕਹਿੰਦੇ ਗੱਲ ਬਣਨੀ ਨਹੀਂ ਕਿਵੇਂ ਕੀ ਕੁਝ ਕਹਿੰਦਾ ਬਿਜਲੀ ਦਰਾਂ ਦੇ ਤੇ ਸ਼ਰਾਬ ਨੀਤੀ ਵਾਲੇ ਜਿਹੜੀ ਵਾਧੇ ਦੀ ਗੱਲ ਚੱਲ ਰਹੀ ਹੈ ਦੇਖੋ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਇਲੈਕਸ਼ਨਾਂ ਦੇ ਲਾਗੇ ਤਾਂ ਜਿਹੜੀਆਂ ਮੋਦੀ ਸਾਹਿਬ ਨੇ ਕਿਹਾ ਸੀ ਕਿ ਮੁਫਤ ਕੀ ਰੇਵੜੀ ਹੈ ਜਿਹੜੀ ਉਹ ਵੰਡਣੀ ਹੁੰਦੀ ਹੈ ਐਕਚੁਅਲੀ ਪਰ ਆਮ ਆਦਮੀ ਪਾਰਟੀ ਦੇ ਲਈ ਮੁਸ਼ਕਲ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਹੈ ਕਿ ਕਰਜ਼ਾ ਜ਼ਿਆਦਾ ਚੜੀ ਜਾ ਰਿਹਾ ਹੈ ਉਹ ਗੋਇੰਸਵਾਲ ਵਾਲਾ ਇੱਕ ਹੋਰ ਇਹਨਾਂ ਨੇ ਮਤਲਬ ਆਪਣੇ ਗਲ ਦੇ ਵਿੱਚ ਮਰਿਆ ਹੋਇਆ ਸਭ ਪਾ ਲਿਆ। ਹੂੰ। ਮਤਲਬ ਇਕਨੋਮਿਕਲੀ ਜਾਂ ਜਿਹੜੀ ਫਿਸਕਲ ਮੈਨੇਜਮੈਂਟ ਹੈ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਹੈ। ਜਿਵੇਂ ਹੜ੍ਹਾਂ ਦੇ ਵਿੱਚ ਕਹਿੰਦੇ ਸੀ ਡਿਜ਼ਾਸਟਰ ਮੈਨੇਜਮੈਂਟ ਫੰਡ पे ਹੈ। ਚਾਹੇ ਸੈਂਟਰਲ ਫੰਡ ਦੇ ਨਹੀਂ ਰਿਹਾ। ਹੂੰ। ਉਹ ਆ ਨੀ ਬਹਾਨੀ ਹਰ ਚੀਜ਼ ਦੇ ਉੱਪਰ ਇਹਨਾਂ ਦਾ ਗਲਾ ਘੁੱਟ ਰਹੇ ਨੇ। ਚਾਹੇ ਉਹ ਮਹੱਲਾ ਕਲੀਨਿਕਾਂ ਦਾ ਬਹਾਨਾ ਸੀਗਾ। ਚਾਹੇ ਉਹ ਰੂਰਲ ਡਿਵੈਲਪਮੈਂਟ ਫੰਡ ਹੈ। ਪੈਸੇ ਆ ਨਹੀਂ ਰਹੇ ਕਿਸੇ ਪਾਸਿਓਂ ਵੀ। ਹੂੰ। ਸੋ ਮੇਰਾ ਖਿਆਲ ਇਹ ਹੈ ਵੀ ਇਹਨਾਂ ਲਈ ਬੜਾ ਮੁਸ਼ਕਲ ਹੋਊਗਾ ਤੇ ਦੂਜਾ ਇਹ ਵੀ ਸ਼ਰਾਬ ਨੀਤੀ ਵਾਲਾ ਜਿਹੜਾ ਪਾਲਿਸੀ ਹੈ ਉਹਦਾ ਤਾਂ ਜੇ ਤਲਵਾਰ ਇਹ ਵੀ ਲਟਕ ਰਹੀ ਹੈ ਨਾ ਕਿ ਅੰਦਰ ਕਿਨੇ ਕਿਨੇ ਜਾਣਾ ਹੈ ਉਹਦੇ ਵਿੱਚ ਹਮ ਮਤਲਬ ਜੇ ਈਡੀ ਨੂੰ ਯੂਜ਼ ਕਰਕੇ ਮਤਲਬ ਸੈਂਟਰਲ ਗਵਰਨਮੈਂਟ ਜਿਹੜੀ ਉਹ ਘੇਰਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਮੰਨ ਲੋ ਕੇਜਰੀਵਾਲ ਦਾ ਜਿਸ ਤਰ੍ਹਾਂ ਚਰਚਾਾਂਵਾਂ ਚੱਲ ਰਹੀਆਂ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਨੇ ਹਮ ਆਮ ਆਦਮੀ ਪਾਰਟੀ ਦੇ ਚ ਲੀਡਰਸ਼ਿਪ ਤਾਂ ਬਹੁਤ ਵੱਡਾ ਕ੍ਰਾਈਸਿਸ ਖੜਾ ਹੋ ਜਾਊਗਾ ਹਮ ਔਰ ਲੋਕ ਤਾਂ ਇਹ ਵੀ ਗੱਲਾਂ ਕਰਦੇ ਨੇ ਕਿ ਲੀਡਰਸ਼ਿਪ ਦੇ ਲਈ ਮਾਨ ਸਾਹਿਬ ਨੂੰ ਸ਼ਾਇਦ ਉਹਨਾਂ ਦਾ ਮਤਲਬ ਸੁਪਰੀਮੋ ਬਣਾ ਦਿੱਤਾ ਜਾਵੇ ਆਮ ਆਦਮੀ ਪਾਰਟੀ ਦਾ ਇਹ ਮੇਰਾ ਖਿਆਲ ਹੈ ਦਿੱਲੀ ਦੀ ਲੀਡਰਸ਼ਿਪ ਨੂੰ ਐਕਸੈਪਟੇਬਲ ਨਹੀਂ ਹੋਊਗਾ ਤੇ ਜੇ ਮਾਨ ਉਹ ਆਪ ਕੇਜਰੀਵਾਲ ਨੂੰ ਵੀ ਐਕਸੈਪਟੇਬਲ ਨਹੀਂ ਹੋਣਾ ਉਹ ਦਿੱਲੀ ਦੀ ਉਹੀ ਹੋਵੇਗਾ ਨਾ ਮਤਲਬ ਜਿਹੜੀ ਉੱਥੇ ਦੀ ਕੋਟਰੀ ਇੱਥੇ ਰਾਜ ਕਰ ਰਹੀ ਹੈ ਤਾਂ ਉਹਨਾਂ ਲਈ ਤਾਂ ਬੜਾ ਮੁਸ਼ਕਲ ਕੰਮ ਹੋ ਜਾਊਗਾ ਇਸ ਤਰੀਕੇ ਦੇ ਨਾਲ ਸੋ ਇਹ ਇਹਨਾਂ ਦੀ ਅੰਦਰਲੀਆਂ ਜਿਹੜੀਆਂ ਕੰਟਰਡਿਕਸ਼ਨਸ ਨੇ ਉਹ ਮੇਰਾ ਖਿਆਲ ਹੈ ਆਉਣ ਵਾਲੇ ਦਿਨਾਂ 'ਚ ਵਧਣਗੀਆਂ ਇਦਾਂ ਲੱਗ ਰਿਹਾ ਹੈ ਹੂੰ ਕਿਉਂਕਿ ਇਹ ਵੱਡੇ ਫੈਸਲੇ ਨੇ ਆਪਣੇ ਆਪ ਦੇ ਛੋਟੀ ਨਹੀਂ ਹੈ ਗੱਲ ਠੀਕ ਹੈ ਸਰਕਾਰਾਂ ਬਣ ਜਾਂਦੀਆਂ ਨੇ ਸਾਰਾ ਕੁਝ ਹੋ ਜਾਂਦਾ ਸਰਕਾਰ ਚ ਚਲਾਉਣੀ ਵੀ ਸੌਖਾ ਕੰਮ ਨਹੀਂ ਹੁੰਦਾ ਖਾਸ ਕਰਕੇ ਜੇ ਸੈਂਟਰਲ ਗਵਰਨਮੈਂਟ ਖਲਾਫ ਹੋਵੇ ਤੇ ਇਲੈਕਸ਼ਨ ਦਾ ਟਾਈਮ ਹੋਵੇ ਵੱਡੀ ਮੋੜੀ ਪਹਿਲਾਂ ਪਹਿਲਾਂ ਤਾਂ ਰੌਲਾ ਕੀ ਪਿਆ ਸ਼ਰਾਬ ਨੀਤੀ ਨੂੰ ਲੈ ਕੇ ਬਿਜਲੀ ਦਰਾਂ ਦੇ ਵਾਧੇ ਨੂੰ ਲੈ ਕੇ ਚੱਕਰ ਕੀ ਹੈ ਵਿੱਤੀ ਸੰਕਟ ਕੀ ਹੈ ਵਿੱਤੀ ਸੰਕਟ ਦਾ ਦੇਖੋ ਇੱਕ ਤਾਂ ਇਹੀ ਹੈ ਕਿ ਮਤਲਬ ਜਿਹੜਾ ਉੱਥੇ ਤਾਂ ਸ਼ਰਾਬ ਪਾਲਿਸੀ ਵਾਪਸ ਲੈ ਲਈ ਉਹ ਪੰਜਾਬ ਦੇ ਚ ਉਸ ਤਰੀਕੇ ਦੇ ਨਾਲ ਨਹੀਂ ਲਈ ਉਹਦੇ ਚ ਸਿੰਪਲ ਗੱਲ ਹੈ ਜਿਹੜੀ ਸਿੱਧੂ ਸਾਹਿਬ ਨੇ ਵੀ ਕਹੀ ਸੀ ਕਿ ਜਿਹੜਾ ਰਿਟੇਲਰ ਹੈ ਅਸਲ ਦੇ ਵਿੱਚ ਉਹ ਕੁਸ਼ਕ ਹੱਥਾਂ ਚ ਦੇ ਦਿੱਤੇ ਉਹ ਵੀ ਸਫਰ ਕਰ ਰਿਹਾ ਹੈ ਕਹਾ ਕੇ ਉਹ ਵੀ ਸਫਰ ਕਰ ਰਿਹਾ ਹੈ ਹਾਲਾਂਕਿ दारू ਦੀ ਬਧੀ ਹੈ ਵਿਕਰੀ ਰੈਵਨਿਊ ਨਹੀਂ ਆ ਰਿਹਾ ਉਹਦੇ ਚੋਂ ਹੂੰ ਮਤਲਬ ਜਿਹੜੀ ਮੋٹے ਦੋ ਲਫ਼ਜ਼ਾਂ ਚ ਕਹਿਣੀ ਹੋਵੇ ਜਿਹੜੀ ਸ਼ਰਾਬ ਪਾਲਿਸੀ ਨੇ ਬਣਾਈ ਉਹ ਰੈਵਨਿਊ ਵਿਰੋਧੀ ਹੈ ਸਟੇਟ ਰੈਵਨਿਊ ਪਾਰਟੀ ਨੂੰ ਫੰਡ ਜਾਂਦਾ ਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਜਿੰਨਾ ਹੀ ਟੀਚਰ ਰੱਖ ਰਿਹਾ ਉਹਨਾਂ ਠੇਕੇਦਾਰਾਂ ਦਾ ਖੂਨ ਚੂਡ ਕੇ ਆਪ ਤਾਂ ਜ਼ਰੂਰ ਲੈ ਲੈਂਦੇ ਆ ਪਰ ਠੇਕੇਦਾਰ ਘਟੇ ਚ ਜਾ ਰਹੇ ਨਹੀਂ ਸ਼ਰਾਬ ਪਾਲਸੀ ਦੇ ਮਸਲੇ 'ਚ ਉਹੀ ਹੈ ਨਾ ਉਹ ਕੀ ਗੱਲ ਹੈ ਕਿ ਪੈਸਾ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਜੇ ਤਾਂ ਉਹ ਸਿੱਧਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਨਜਾਇਜ਼ ਸ਼ਰਾਬ ਦੀ ਵਿਕਰੀ ਹੈ ਉਹ ਵੀ ਬੜੀ ਢਾਲ ਆ ਰਹੀ ਹੈ ਉਹਤੇ ਵੀ ਸਰਕਾਰ ਜਿਹੜੀ ਨਕੇਲ ਨਹੀਂ ਕਸਵਾਰੀ ਉਹ ਤਾਂ ਲਾ ਐਂਡ ਆਰਡਰ ਦੀ ਇੱਕ ਪ੍ਰੋਬਲਮ ਜੁੜ ਜਾਂਦੀ ਹੈ ਨਾ ਨਾਲ ਆ ਕੇ ਸ਼ਰਾਬ ਦੇ ਠੇਕੇਦਾਰਾਂ ਦੇ ਪੇ ਰੋਲ ਤੇ ਨਾ ਦੇ ਪੁਲਿਸ ਅਫਸਰ ਹੁੰਦੇ ਨੇ ਕੀਨੇ-ਕੀਨੇ ਨਕੇਲ ਪਾਉਣੀ ਹੈ ਮੈਨੂੰ ਦੱਸੋ ਜੇ ਚਿੱਟਾ ਨਹੀਂ ਹਟ ਰਿਹਾ ਵਿਕਣੋ ਸ਼ਰਾਬ ਕਿਹੜਾ ਰੋਕ ਲੋਕਾ ਸਮਝ ਲਿੰਗ ਉਹ ਤਾਂ ਲੀਗਲ ਹੈ ਫਿਰ ਵੀ ਇੱਕ ਚੀਜ਼ ਹੂੰ 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 ਉਹ ਤਾਂ ਲਾ ਐਂਡ ਆਰਡਰ ਦੀ ਫੇਲਿਅਰ ਮੈਂ ਸਮਝਦਾ ਇਹਨਾਂ ਦੀ ਪਰ ਗੱਲ ਇਹ ਹੈ ਕਿ ਪਾਲਿਸੀ ਜਿਹੜੀ ਬਣਾਈ ਹੋਈ ਹੈ ਡਿਜ਼ਾਈਨ ਹੀ ਐਵੇਂ ਕਰੀ ਹੋਈ ਹੈ ਹੂੰ ਕਿ ਜਿਹੜਾ ਖਾਲ ਦਾ ਨੱਕਾ ਹੋਰ ਪਾਸੇ ਨੂੰ ਵੱਧਦਾ ਹੋਣ ਉਹ ਖਜ਼ਾਨੇ ਦੇ ਵਿੱਚ ਆਉਣ ਦੀ ਬਜਾਏ ਕਿਧਰੇ ਹੋਰ ਜਾ ਰਿਹਾ ਉਹ ਤਾਂ ਸੁਪਰੀਮ ਕੋਰਟ ਨੂੰ ਟਿੱਪਣੀ ਕਰਨੀ ਪੈਗੀ ਵੀ ਇਹ ਪੈਸੇ ਫਿਰ ਗਏ ਕਿੱਥੇ ਜੇ ਪਾਰਟੀ ਨੂੰ ਫੰਡ ਗਏ ਤਾਂ ਪਾਰਟੀ ਨੂੰ ਮਤਲਬ ਮੁਕਦਮੇ ਦਾ ਹਿੱਸਾ ਬਣਾਓ ਹੂੰ ਇਹਦਾ ਮਤਲਬ ਇਹਦਾ ਹੁਣ ਆਨ ਰਿਕਾਰਡ ਆ ਗਈ ਹੈ ਨਾ ਚੀਜ਼ਾਂ ਹੂੰ ਸੋ ਪਾਲਿਸੀ ਪਾਲਿਸੀ ਕੋਈ ਨਹੀਂ ਹੈ ਉਹ ਸਿੰਪਲ ਗੱਲ ਇਹੀ ਹੈ ਕਿ ਤੁਸੀਂ ਭਾਈ ਸਾਨੂੰ ਦੇ ਦਿਓ ਤੁਸੀਂ ਜਿਵੇਂ ਮਰਜ਼ੀ ਲੁੱਟੋਗੇ ਉਹ ਰਿਟੇਲਰ ਠੇਕੇਦਾਰ ਵੀ ਚੀਕਾਂ ਮਾਰ ਰਹੇ ਨੇ ਹੂੰ ਗਾਹਕ ਨੂੰ ਵੀ ਮਹਿੰਗਾ ਪੈ ਰਿਹਾ ਹੈ ਸੌਦਾ ਸੋ ਹੀ ਇਹ ਕੋਈ ਪਾਲਿਸੀ ਪਾਲਿਸੀ ਵਾਲੀ ਗੱਲ ਨਹੀਂ ਇਹ ਤਾਂ ਸਿੱਧੇ ਮਤਲਬ ਅਸਲ ਦੇ ਵਿੱਚ ਇੰਸਟੀਚੂਨਲ ਲੁੱਟ ਹੈ ਹੂੰ ਸੋ ਉਹਦਾ ਕੋਈ ਉਹਦਾ ਰਿਸਿੱਟੇ ਸਾਹਮਣੇ ਆ ਰਹੇ ਨੇ ਹੁਣ ਉੱਥੇ ਤਾਂ ਉਹਨਾਂ ਨੇ ਵਾਪਸ ਹੀ ਲੈ ਲਈ ਪੰਜਾਬ ਚ ਚੱਲ ਵੀ ਰਹੀ ਹੈ ਪਰ ਇਨਕੁਆਰੀਆਂ ਈਡੀ ਲੱਲਾ ਪੱਬਾ ਜੋ ਵੀ ਚੱਲ ਰਿਹਾ ਹੈ ਉਹਦਾ ਸਾਇਆ ਤਾਂ ਪਾਊਗਾ ਇਸ ਚੀਜ਼ ਦੇ ਉੱਪਰ ਪਾਊਗਾ ਪਾਊਗਾ ਬਿਲਕੁਲ ਬਿਲਕੁਲ ਚਲੋ ਦੇਖਦੇ ਹਾਂ ਕਿ ਇਸ ਵਿੱਤੀ ਬਰੇ ਦੇ ਵਿੱਚ ਜਾਂ ਆਪਾਂ ਕਹიდੀਏ ਕਿ ਇਸ ਨਵੇਂ ਸਾਲ ਦੇ ਵਿੱਚ ਜਾਂ ਚੋਣਾਂ ਦੇ ਬਰੇ ਦੇ ਵਿੱਚ ਕਿਵੇਂ ਇਹ ਦੋਵਾਂ ਮਹਿਕ ਮਿਆਂ ਨੂੰ ਵਿੱਤੀ ਸੰਕਟ ਦੇ ਵਿੱਚੋਂ ਸਰਕਾਰ ਜਿਹੜੀ ਕੱਢਦੀ ਹੈ ਤੇ ਜੇ ਨਹੀਂ ਕੱਢਦੀ ਤਾਂ ਪੰਗਾ ਤਾਂ ਵੀ ਹੈ ਜੇ ਕੱਢਦੀ ਹੈ ਤੇ ਪੰਗਾ ਦੋਵੇਂ ਪਾਸੇ ਜਿਹੜੀ ਸਰਕਾਰ ਦਾ ਇਮਤਿਹਾਨ ਜਿਹੜਾ ਹੈਗਾ ਅਗਲੀ ਖਬਰ ਵੀ ਬੜੀ ਅਹਿਮ ਹੈ ਜਿੱਥੇ ਆਪਾਂ ਦੇਖਦੇ ਹਾਂ ਪਿਛਲੇ ਲੰਬੇ ਸਮੇਂ ਤੋਂ EVM ਦੇ ਉੱਪਰ ਬੜੇ ਵੱਡੇ ਪੱਧਰ ਦੇ ਉੱਪਰ ਸਵਾਲ ਜਿਹੜੇ ਉੱਠਦੇ ਰਹੇ ਆ ਹੁਣ ਇੰਡੀਆ ਗਠਜੋੜ ਦੇ ਮੈਂਬਰ ਵੀ ਜਿਹੜੇ ਆ EVM ਦੇ ਉੱਪਰ ਸਵਾਲ ਚੁੱਕ ਰਹੇ ਆ ਉੱਥੇ ਹੁਣ ਚੋਣ ਕਮਿਸ਼ਨ ਸਖਤ ਹੋ ਗਿਆ ਉਹ ਲੋਕਾਂ ਤੇ ਜਿਹੜੇ ਲੋਕ ਕਹਿੰਦੇ ਆ ਕਿ ਇਸ EVM ਦੇ ਉੱਪਰ ਸਵਾਲ ਚੁੱਕ ਰਹੇ ਆ ਜਾਂ ਸੋਸ਼ਲ ਮੀਡੀਆ ਤੇ ਕੋਈ ਕਹਿੰਦੇ ਇਸ ਸੰਬੰਧੀ ਅਫਵਾਹ ਜਾਂ ਭਰਮ ਜਾਂ ਕੋਈ ਗੱਲ ਫੁਲਾ ਰਹੇ ਆ ਇਹ ਸੰਬੰਧੀ ਚੋਣ ਕਮਿਸ਼ਨ ਸਖਤ ਹੋ ਗਿਆ ਮਸਲਾ ਕੀ ਹੈ ਕਿ ਇਹ ਸਹੀ ਹੈ ਕਿ ਜੇ ਨਹੀਂ ਕਿਸੇ ਨੂੰ ਮਨਜ਼ੂਰ ਇਸ ਤਰੀਕੇ ਦੇ ਨਾਲ EVM ਦੇ ਰਾਹੀਂ ਚੋਣ ਕਰਾਉਣਾ ਤਾਂ ਇਸ ਤਰੀਕੇ ਦਾ ਧੱਕੇ ਨਾਲ ਰੋਕ ਕੇ ਇਹ ਸਾਰਾ ਕੁਝ ਕਰਵਾਇਆ ਜਾ ਸਕਦਾ ਕਿਵੇਂ ਦੇਖਦੇ ਹੋ ਸਰ ਦੇਖੋ ਵੱਡਾ ਜਿਹੜਾ ਸਭ ਤੋਂ ਵੱਡੀ ਆਰਗੂਮੈਂਟ ਵੀਐਮ ਦੇ ਖਿਲਾਫ ਚੰਦੀ ਜਾਂਦੀ ਹੈ ਨਾ ਜੋ ਦੋ ਨੇ ਇੱਕ ਤਾਂ ਇਹ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਸਾਡੇ ਨਾਲੋਂ ਟੈਕਨੋਲੋਜੀਕਲੀ ਬਹੁਤ ਐਡਵਾਂਸਡ ਨੇ ਜਿਨ੍ਹਾਂ ਨੇ ਖੁਦ ਬਣਾਈ ਹੋਈ ਹੈ ਜਿਨ੍ਹਾਂ ਨੇ ਬਣਾਈਆਂ ਨੇ ਉਹ ਇਹਨੂੰ ਯੂਜ਼ ਨਹੀਂ ਕਰ ਰਹੇ ਹੂੰ ਇਹ ਇੱਕ ਆਪਣੇ ਆਪ ਚੱਲ ਰਹੀ ਹੈ ਕਹਿੰਦੇ ਕਿ ਉਹ ਮੰਨ ਵੀ ਰਹੇ ਆ ਅੰਦਰ ਵਿੱਚ ਹਿਰਫਿਰ ਹੋ ਜਾਂਦੀ ਆ ਹਾਂ ਮਤਲਬ ਇਹਦਾ ਕੋਈ ਜਵਾਬ ਨਹੀਂ ਹੈ ਅੱਛਾ ਦੂਜੀ ਚੀਜ਼ ਜਿਹੜੀ ਹੈਕਿੰਗ ਹੈ ਉਹ ਇਸ ਲੈਵਲ ਤੇ ਹੋਈ ਹੈ ਪੈਗਾਸਸ ਬਣਾ ਕੇ ਮੋਬਾਈਲ ਹੈਕ ਕੋਈ ਨੇ ਹਾਈਲੀ ਜਿਹੜੇ ਮਤਲਬ ਬਿਲਕੁਲ ਹੀ ਫੂਲ ਪ੍ਰੂਫ ਜਿਹੜੀਆਂ ਡਿਵਾਈਸਸ ਨੇ ਉਹ ਵੀ ਹੈਕ ਹੋ ਜਾਂਦੀਆਂ ਨੇ ਹੂੰ ਚਾਈਨਾ ਨੇ ਅਮਰੀਕਾ ਵਾਲਿਆਂ ਦੇ ਮਤਲਬ ਸਰਵਰ ਹੈਕ ਕਰਲੇ ਸੀਗੇ ਹੂੰ ਸੋ ਈਵੀਐਮ ਦਾ ਚੀਜ਼ ਹੀ ਕੀ ਹੈ ਉਹਦੇ ਵਿੱਚ ਸੋ ਇੱਕ ਤਾਂ ਇਹ ਵੱਡਾ ਆਰਗੂਮੈਂਟ ਹੈ ਜਿਹੜਾ ਟੈਕਨੀਕਲ ਹੈਗਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਨਾ ਹੋਣਦਾ ਹੈਗਾ ਹੂੰ ਦੂਜੀ ਚੀਜ਼ ਇਹ ਹੈ ਕਿ ਸਾਡੇ ਅੱਖਾਂ ਵਿੱਚ ਕੇ ਦਾ ਇੰਨਾ ਮਤਲਬ ਇਹਦੇ ਭਗਤ ਕਿਉਂ ਬਣੀਆਂ ਹੋਈਆਂ ਨੇ ਸਰਕਾਰਾਂ ਹੂੰ ਮਨ ਲਓ ਕਿ ਉਹਦੇ ਖਿਲਾਫ ਬੋਲਦਾ ਹੈ ਕੱਲ ਪਰਸੋਂ ਸੁਪਰੀਮ ਕੋਰਟ ਦੇ ਇੱਕ ਵਕੀਲ ਨੇ ਰੌਲਾ ਰੱਪਾ ਪਾਇਆ ਉਹਨੇ ਤੇ ਉਹਨਾਂ ਨੇ ਫੜਕੇ ਅੰਦਰ ਕਰਤਾ ਉਹ ਜ਼ਮਾਨਤ ਤੇ ਆ ਗਏ ਫੇਰ ਬਾਹਰ ਨਿਕਲ ਕੇ ਉਹਨੇ ਰੌਲਾ ਪਾਇਆ ਹੂੰ ਸੋ ਜਿੰਨਾ ਇਹਨੂੰ ਦਬਾਉਣਗੇ ਰੌਲਾ ਤਾਂ ਵੱਧ ਪਾਊਗਾ ਸਿਕੋਂਸ ਕਰਦਾ ਹੂੰ ਹੂੰ ਅਸੀਂ ਤਾਂ ਤਏ ਹੈਗੇ ਕਿ ਜਿਹੜੀ ਉਹ ਲੌਜੀਕ ਦੇ ਰਹੇ ਨੇ ਵਿਰੋਧੀ ਵੀ ਕਿ 20-20 ਪੈਟ ਦੀਆਂ ਜਿਹੜੀਆਂ ਨੇ ਤੁਸੀਂ ਉਹ ਮਤਲਬ ਰਸੀਦਾਂ ਦਾ ਤਾਂ ਹੋ ਨਾ ਹੂੰ ਮੰਨ ਲਓ ਕਿ ਵੋਟ ਤੁਸੀਂ ਕਿਸੇ ਨੂੰ ਪਾਈ ਹੈ ਪਾਰਟੀ ਨੂੰ ਹੂੰ ਤੁਹਾਡੇ ਕੋਲ ਜੇ ਡਾਕੂਮੈਂਟਰੀ ਪ੍ਰੂਫ ਚਲੋ ਥੋੜਾ ਜਿਹਾ ਹੋਵੇ ਜੈਸੇ ਸੈਂਪਲ ਦੇ ਤੌਰ ਤੇ ਹੋਵੇ ਹੂੰ ਆਵੇ ਤਾਂ ਸਹੀ ਕਿ ਜਿਹਨੂੰ ਵੋਟ ਪਾਈਏ ਭਾਈ ਉਸੇ ਨੂੰ ਪਈਏ ਇਹ ਹੂੰ ਇਹ ਚੀਜ਼ ਉਹਨਾਂ ਦੀ ਡਿਮਾਂਡ ਜਾਇਜ਼ ਹੈ ਪਰ ਹੋ ਕੀ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਰੌਲਾ ਬਹੁਤ ਪੈ ਜਾਂਦਾ ਹੈ ਅੱਜ ਕੱਲ੍ਹ ਅਫਵਾਹਾਂ ਫਲਾਉਣ ਦਾ ਸੋਸ਼ਲ ਮੀਡੀਆ ਟੈਕਨੋਲੋਜੀ ਆਉਣ ਦੇ ਨਾਲ ਅਫਵਾਹਾਂ ਦੀ ਸ਼ਕਤੀ ਬਹੁਤ ਵਧ ਗਈ ਹੈ ਹੂੰ ਜਿਹੜੀ ਇੱਕ ਗੱਲ ਬੰਦਾ ਮਹੱਲੇ ਦੇ ਵਿੱਚ 50 ਬੰਦਿਆਂ ਨੂੰ ਮਸੀਂ ਦੱਸਦਾ ਸੀ ਉਹ 5 ਲੱਖ ਦੇ ਕੋਲ 5 ਮਿੰਟ ਚ ਪਹੁੰਚ ਜਾਂਦੀ ਹੈ ਉਹ ਬਿਲਕੁਲ ਸੋ ਇਸ ਕਰਕੇ ਇਹ ਹੈ ਕਿ ਉਹਨਾਂ ਲਈ ਇਲੈਕਸ਼ਨ ਕਮਿਸ਼ਨ ਦੇ ਲਈ ਵੀ ਇਹ ਬੜਾ ਵੱਡਾ ਚੈਲੰਜ ਹੈ ਪਰ ਉਹਨਾਂ ਨੂੰ ਚਾਹੀਦਾ ਹੈ ਮੇਰਾ ਖਿਆਲ ਹੈ ਸਖਤੀ ਕਰਨ ਦੀ بجائے ਜਿਹੜੀਆਂ ਧਿਰਾਂ ਵੀ ਕਰ ਰਹੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਮਤਲਬ ਤਸੱਲੀ ਕਰਾ ਕੇ ਅੱਗੇ ਤੁਰਨਾ ਚਾਹੀਦਾ ਹੈ ਦੇਖੋ ਜਿਹੜੇ ਚੋਰੀ ਛਿਪੇ ਜੀ ਵਿਦੇਸ਼ੀ ਪਾਰਟੀਆਂ ਫਲਾਣਾ ਟੀ ਉਹਦਾ ਅਲੱਗਾਂ ਗੱਲ ਹੁੰਦੀ ਹੈ ਕਿ ਹੁਣ ਸੁਪਰੀਮ ਕੋਰਟ ਦੇ ਵਕੀਲ ਕਹਿ ਰਹੇ ਨੇ ਟੈਕਨੀਕਲ ਬੰਦੇ ਕਹਿ ਰਹੇ ਨੇ ਤਾਂ ਉਹ ਤਸੱਲੀ ਤਾਂ ਕਰਾਈ ਜੀ ਇੱਕ ਤਰੀਕੇ ਨਾਲ ਆਵਾਜ਼ ਜਿਹੜੀ ਹੈ ਦਬਾਈ ਜਾ ਸਕਦੀ ਹੈ ਜਿਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਆਪਣੇ ਪੱਖ ਰੱਖਣਾ ਆਪਣੀ ਗੱਲ ਰੱਖਣਾ ਹਰੇਕ ਦਾ ਹੱਕ ਹੈ ਇਹ ਸਰਕਾਰ ਦਾ ਮੇਰਾ ਖਿਆਲ ਇਹਨਾਂ ਮਾਮਲਿਆਂ ਬਾਰੇ ਕੋਈ ਬੜੀ ਸੈਂਸਿਟੀਵਿਟੀ ਨਹੀਂ ਹੈ ਜੇ 150 ਐਮਪੀ ਤੁਸੀਂ ਖਾਰਜ ਕਰਕੇ ਸਾਰੇ ਬਿੱਲ ਪਾਸ ਕਰ ਸਕਦੇ ਹੋ ਹੂੰ ਹਰ ਬਾਦ ਦੇ ਵਿੱਚ ਉਹਨਾਂ ਬਿੱਲਾਂ ਦੇ ਉੱਪਰ ਵੀ ਜਦੋਂ ਟਰੱਕਾਂ ਦੀ ਹੜਤਾਲ ਹੁੰਦੀ ਹੈ ਤਾਂ हट ਜਾਂਦੇ ਹਾਂ ਤੁਸੀਂ ਪਿੱਛੇ ਇਹ ਸਰਕਾਰ ਦੀ ਸੈਂਸਿਟੀਵਿਟੀ ਨਹੀਂ ਹੈ ਇਹਨਾਂ ਨੂੰ ਲੱਗਦਾ ਹੈ ਵੀ ਸਾਡੇ ਕੋਲ ਡੰਡਾ ਆਇਆ ਹੋਇਆ ਕੋਈ ਗੱਲ ਨਹੀਂ ਦੱਬ ਲਓ ਜਿਹੜਾ ਦੱਬਿਆ ਜਾਂਦਾ ਹੈ ਇਹ ਡੀਮੋਨਟਾਈਜ਼ੇਸ਼ਨ ਤੋਂ ਲੈ ਕੇ ਹੁਣ ਤੱਕ ਆਪਣੇ ਸਮਝ ਆ ਰਹੀ ਹੈ ਗੱਲ ਕਿ ਉਹਦੇ ਬਾਰੇ ਇਹ ਸੈਂਸਿਟਿਵ ਨਹੀਂ ਹਨ ਇਹ ਤਾਂ ਆਪਣੇ ਆਪ ਬਾਰੇ ਸੈਂਸਿਟਿਵ ਨਹੀਂ ਜਦੋਂ ਇਹਨਾਂ ਬਾਰੇ ਕੋਈ ਇਸ਼ਾਰਾ ਕਰੇ ਜਾਂ ਗੱਲ ਕਰੇ ਫਿਰ ਇਹ ਚੀਕਾਂ ਬਹੁਤ ਮਾਰਦੇ ਨੇ ਫ੍ਰੀडम ਆਫ ਸਪੀਚ ਦਾ ਮਤਲਬ ਇਹ ਹੈ ਇਹਨਾਂ ਦਾ ਕਿ ਸਾਡੀ ਫ੍ਰੀडम ਆਫ ਸਪੀਚ ਨੋਟ ਆਫ 올 ਸਾਰਿਆਂ ਨੂੰ ਨਹੀਂ ਉਹ ਕਰਦੇ ਹੈਗੇ ਸੋ ਇਸ ਕਰਕੇ ਦਬਾਉਣ ਦਾ ਤਾਂ ਇਹ ਹੈ ਕਿ ਉਹ ਯੂਟਿਊਬਰਾਂ ਹੀ ਹੋਰ ਉਹਨਾਂ ਨੂੰ ਲਿਖ ਦੇਣਗੇ ਕਿਉਂਕਿ ਬਹੁਤ ਵੱਡਾ ਯੂਜ਼ਰ ਹੈ ਇੰਡੀਆ ਜੀ ਗਵਰਨਮੈਂਟ ਲਿਖਦੀ ਹੈ ਗੂਗਲ ਨੂੰ ਜਾਂ ਕਿਸੇ ਹੋਰ ਨੂੰ ਕਿੰਨੇ ਦੇ ਤਾਂ ਅਕਾਊਂਟ ਬੰਦ ਕਰਾਏ ਨੇ ਆਪਾਂ ਦੇਖਿਆ ਹੀ ਹੈ ਸੋ ਇਸ ਕਰਕੇ ਤਾਂ ਇੱਕ ਮਾਡਰਨ ਮੇਰਾ ਖਿਆਲ ਚੱਲ ਰਿਹਾ ਸਾਰਿਆਂ ਆਪਣੇ ਪੰਜਾਬ ਦੀ ਗਵਰਨਮੈਂਟ ਭੋਰਾ ਗਵਰਨਮੈਂਟ ਤੁਸੀਂ ਦੇਖੋ ਨਾ ਇਹੇ ਨਹੀਂ ਚੱਲਣ ਦਿੰਦੇ ਕਿੰਨੇ ਤਾਂ ਮਤਲਬ ਫੜਾ ਹੀ ਲਏ ਸੀਗੇ ਯੂਟਿਊਬਰਸ ਨੂੰ ਹੋਰ ਨੂੰ ਮਤਲਬ ਉਹ ਸੋਸ਼ਲ ਮੀਡੀਆ ਇੱਕੋ ਨਾਲ ਹੀ ਨਿਊਸੈਂਸ ਬਣਿਆ ਹੋਇਆ ਹੈ ਪਰ ਉਹ ਉਹਨਾਂ ਨੂੰ ਤਰੀਕਾ ਲੱਗਦਾ ਵੀ ਇਹਨੂੰ ਦਬਾ ਲਓ ਸੁਣਨ ਦੀ ਬਜਾਏ ਹੱਲ ਕਰਨ ਦੀ ਬਜਾਏ ਮੇਰਾ ਖਿਆਲ ਹੈ ਵੀ ਦਬਾਉਣ ਵਾਲੇ ਪਾਸੇ ਨੂੰ ਦੁਰਨਗੇ ਪਰ ਉਹ ਕਾਉਂਟਰ ਪ੍ਰੋਡਕਟਿਵ ਹੋਊਗਾ ਕਿਉਂਕਿ ਇਲੈਕਸ਼ਨ ਹੀ ਹੋ ਰਿਹਾ ਹੈ ਇਹਨਾਂ ਸੌਖਾ ਨਹੀਂ ਦਬਾਇਆ ਜਾ ਸਕੂਗਾ ਬਿਲਕੁਲ ਬਿਲਕੁਲ ਚਲੋ ਅੱਗੇ ਆਪਾਂ ਖਬਰ ਕਰ ਲੈਨੇ ਆ ਸਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਰਾਦਰ ਕਰਨ ਵਾਲੇ ਜਿਹੜੇ ਮਾਲਦੀਬ ਦੇ ਤਿੰਨ ਮੰਤਰੀ ਨੇ ਉਹਨਾਂ ਦੀ ਛੁੱਟੀ ਕਰ ਦਿੱਤੀ ਗਿਆ ਮਤਲ ਕਰ ਦਿੱਤਾ ਗਿਆ ਉਹਨਾਂ ਨੂੰ ਡਾਕਟਰ ਸਾਹਿਬ ਮਸਲਾ ਕੀ ਸੀ ਕੀ ਕਹਿੰਦਾ ਸੀ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਮਸਲਾ ਤਾਂ ਸਿੱਧੂ ਸਾਹਿਬ ਅਸਲ 'ਚ ਪਤਾ ਕੀ ਹੈ ਮਸਲਾ ਨਾ ਪ੍ਰਧਾਨ ਮੰਤਰੀ ਦਾ ਨਹੀਂ ਉਹਨਾਂ ਦਾ ਇਹ ਬੇਸਿਕਲੀ ਮਾਲਦੀਵਸ ਦੀ ਜਿਹੜੀ ਪੋਲਿਟਿਕਸ ਹੈ ਉਹਦੇ 'ਚ ਪਹਿਲਾਂ ਤੋਂ ਹੀ ਥੋੜੀ ਜਿਹੀ ਚੇਂਜ ਆ ਰਹੀ ਹੈ ਹੂੰ ਇੱਕ ਤਾਂ ਚਾਈਨਾ ਦੀ ਉਹਨਾਂ ਨੂੰ ਸਪੋਰਟ ਹੋ ਗਈ ਉਹਨਾਂ ਨੇ ਚਾਈਨਾ ਦਾ ਜੋ ਫੌਜੂਜ ਆਪਾਂ ਰੋਕੇ ਸੀ ਉਹਨਾਂ ਨੇ ਤਲਾਕ ਕਰਿਆ ਹੂੰ ਇੱਕ ਉੱਥੇ ਜਿਹੜੀ ਜੀ ਲੋਕਲ ਪੋਲਿਟਿਕਸ ਹੈ ਉਹਦੇ 'ਚ ਮੁਸਲਿਮ ਮੈਜੋਰਟੀ ਜਿਹੜੀ ਥੋੜੀ ਜਿਹੀ ਐਂਟੀ ਇੰਡੀਆ ਹੈ ਉਹ ਡੋਮਿਨੇਟ ਕਰ ਗਈ ਹੂੰ ਉਹ ਜਿਵੇਂ ਕਹਿੰਦੇ ਉਹਨਾਂ ਵੀ ਚੱਕੀ ਹੋਈ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੀ ਉਹ ਕੰਮ ਹੋਇਆ। ਹੂੰ ਉਹ ਇੰਡੀਆ ਨੂੰ ਥੋੜੀਆਂ ਅੰਕਾਂ ਦਿਖਾਉਣ ਲੱਗੇ ਏਡੇ ਜੋਗੇ ਹੈ ਹੈ ਨਹੀਂ। ਪ੍ਰਧਾਨ ਮੰਤਰੀ ਨੇ ਇਹ ਕਰਿਆ ਕਿ ਲਖਸ਼ਦੀਪ ਜਾ ਕੇ ਆਪਣੀ ਜੈਕਟ ਜੋਗਟ ਪਾ ਕੇ ਨਹਾ ਧੋ ਕੇ ਜਿਵੇਂ ਗੁਜਰਾਤੀ ਕਰਦੇ ਹੁੰਦੇ ਨੇ ਉਹਨੂੰ ਬਿਜ਼ਨਸ ਦੇ ਵਿੱਚ ਮਾਰਨ ਦੀ ਗੱਲ ਕਰੀ। ਉਹਨੇ ਕਿਹਾ ਵੀ ਇੱਥੇ ਆਓ ਸਾਡੇ ਜਿਹੜੇ ਸੈਰਸ ਪੱਟੇ ਵਾਲੇ ਬੰਦੇ ਨੇ। ਹੂੰ ਟੂਰਿਜ਼ਮ ਇੰਡਸਟਰੀ ਉਹਨੂੰ ਦੀ ਇੰਡੀਆ ਤੇ ਡਿਪੈਂਡੈਂਟ ਹੈ ਬਹੁਤ ਸਾਰੀ ਮਾਲਦੀਵਜ਼ ਦੀ। ਹੂੰ ਸੋ ਇਹਨਾਂ ਨੇ ਉੱਥੇ ਜਾ ਕੇ ਉਹ ਕਰਿਆ ਤਾਂ ਉਹਨਾਂ ਨੇ ਬਿਆਨ ਦੇ ਦਿੱਤੇ ਕਿ ਜੀ ਉਹ ਸਾਡੇ ਵਰਗੇ ਫੈਸਿਲਿਟੀ ਨਹੀਂ ਦੇ ਸਕਦੇ ਐਵੇਂ ਨਿਆਣਿਆਂ ਵਾਲੀ ਗੱਲ ਕਰੀ। ਉਹ ਇਹਨਾਂ ਨੇ ਆਪਣੇ ਇਕੱਲੇ ਸੋਸ਼ਲ ਮੀਡੀਆ ਦੇ ਉੱਪਰ ਟਵਿੱਟਰ ਤੇ ਮਾਲ ਬਾਈਕਾਟ ਮਾਲਦੀਵਜ਼ ਆਈਟੀ ਸੈੱਲ ਤਾਂ ਤੁਹਾਨੂੰ ਪਤਾ ਹੀ ਹੈ ਇਸ ਬਿੱਲ ਹੈ ਆਪਣਾ ਇਸ ਕੰਮ ਤੇ ਹੀ ਸਰਕਾਰ ਦਾ। ਉਹਦੇ ਨਾਲ 4-5000 ਜਿਹੜੀਆਂ ਬੁਕਿੰਗ ਕੈਨਸਲ ਹੋ ਗਈਆਂ। ਫਲਾਈਟਸ ਵੀ ਕੈਨਸਲ ਹੋ ਗਈਆਂ ਉਹਨਾਂ ਵਿਚਾਰਿਆਂ ਦਾ ਤਾਂ ਪਾਣੀ ਨਿਕਲ ਗਿਆ ਇਹਨਾਂ ਨਾਲੇ ਹਾਂ ਸੋ ਉਹ ਐਵੇਂ ਹੀ ਮਤਲਬ ਉਹਨਾਂ ਨੂੰ ਇਹ ਕਰਨਾ ਨਹੀਂ ਸੀ ਚਾਹੀਦਾ ਉਹ ਚੀਨ ਦੇ ਇਸ਼ਾਰੇ ਦੇ ਉੱਪਰ ਤੇ ਮੁਸਲਮਾਨ ਹੋਣ ਕਰਕੇ ਐਵੇਂ ਕੌਲਕੁੱਟ ਰਹੇ ਨੇ ਹਾਲਾਂਕਿ ਉੱਥੇ ਕੁਪਾਰਟੀ ਇੰਡੀਆ ਦੇ ਵੀ ਹੱਕ 'ਚ ਹੈਗੀ ਐ ਹੂੰ ਪਰ ਜੇ ਤੁਸੀਂ ਦੁਕਾਨਦਾਰੀ ਦੇ ਮਾਮਲੇ 'ਚ ਦੇਖੋਗੇ ਇਹ ਤਾਂ ਉਦਾਂ ਦੀ ਗੱਲ ਹੈ ਵੀ ਤੁਸੀਂ ਜਿਵੇਂ ਖੋਖੇ ਵਾਲਾ ਬੰਦਾ ਕਿਸੇ ਮਾਲ ਵਾਲੇ ਨਾਲ ਪੰਗਾ ਲੈ ਲਵੇ ਹੂੰ ਉਹ ਫਿਰ ਗਾਹਕ ਤਾਂ ਉੱਥੋਂ ਹੀ ਆਉਣੇ ਨੇ ਬਾਈ ਜੀ ਆਪੇ ਨਾਲੇ ਨਹੀਂ ਕਰੀ ਠੀਕ ਹੈ ਨਹੀਂ ਸੋ ਇਹ ਉਹ ਕੰਮ ਹੋਇਆ ਅਸਲ ਵਿੱਚ ਤਾਂ ਕਰਕੇ ਉਹ ਤਿੰਨੇ ਮਾਜ਼ਦ ਵੀ ਦੋ ਲੇਡੀਜ਼ ਉਹਨਾਂ ਨੇ ਫਟਾਫਟ ਸਸਪੈਂਡ ਕਰੀਆਂ ਹੋਰ ਕਰਿਆ ਕਿਉਂਕਿ ਉਹਨਾਂ ਦਾ ਤਾਂ ਇੱਕ ਦਮੇ ਹੀ ਮਤਲਬ ਭੁਖੇ ਮਰਨ ਵਾਲਾ ਕੰਮ ਹੋ ਜਾਊਗਾ ਹੂੰ ਸੋ ਚਾਹੀਦਾ ਨਹੀਂ ਸੀ ਪਰ ਇੰਡੀਆ ਦੀ ਜਿਹੜੀ ਥੋੜੀ ਪਾਲਿਸੀ ਹੈ ਬਾਹਰ ਵਾਲੀ ਕਹੋ ਜਿਵੇਂ ਮਾਇਨ ਮਾਰ ਨਾਲ ਚੱਲ ਰਹੀ ਹੈ ਚਾਈਨਾ ਵੀ ਐਕਸਪੈਂਡ ਕਰ ਰਿਹਾ ਹੈ ਹੂੰ ਸਾਡੀ ਵੀ ਬਹੁਤ ਸਾਰੀ ਜਗ੍ਹਾ ਦਾ ਬਲੀਆ ਉਹਨੇ ਕਰ ਲਈ ਕਮੈਨ ਮਾਰ ਦਾ ਆਪਣਾ ਟਾਊਨ ਦੱਬ ਲਿਆ ਉਸ ਤਰੀਕੇ ਦੇ ਨਾਲ ਹੂੰ ਸੋ ਇਹ ਵੀ ਕੋਈ ਸਾਡੇ ਵੀ ਬਹੁਤ ਸਿਆਣਫ ਨਾਲ ਨਹੀਂ ਚੱਲ ਰਹੇ ਉਸ ਤਰੀਕੇ ਨਾਲ ਪਰ ਇਹ ਹੈ ਕਿ ਮਾਲਦੀਵਜ਼ ਦਾ ਤਾਂ ਖੈਰ ਉਹਨਾਂ ਦੀ ਵਿਚਾਰਿਆਂ ਦੀ ਔਕਾਤ ਕੀ ਹੈ ਉਹ ਤਾਂ ਐਵੇਂ ਹੀ ਮਤਲਬ ਐਵੇਂ ਹੀ ਸ਼੍ਰੀਲੰਕਾ ਨਾਲ ਜਿਹੜੇ ਛੋਟੇ ਛੋਟੇ ਆਪਣੇ ਗਮਾਂਢੀ ਨੇ ਨਾ ਉਹਨਾਂ ਨਾਲ ਸਾਡੇ ਰਿਸ਼ਤੇ ਕੋਈ ਵਾਰੀ ਠੀਕ ਨਹੀਂ ਹਨ ਹੂੰ ਸੋ ਅਸੀਂ ਥੋੜੀਆਂ ਅੱਖਾਂ ਓੱਖਾਂ ਦਿਖਾ ਦਿੰਨੇ ਐਵੇਂ ਕੋਣੀ ਕਾਣੀ ਮਾਰ ਦਿੰਨੇ ਆ ਓ ਖਿੱਚ ਕੇ ਦੂਏ ਕੋਈ ਐਵੇਂ ਚਲੇ ਜਾਂਦੇ ਨੇ ਕਈ ਵਾਰੀ ਹੂੰ ਪਰ ਫਿਰ ਵੀ ਲੋਕੇਸ਼ਨ ਹੈ ਜੀਓਗ੍ਰਾਫੀ ਹੈ ਉਹਦੇ ਚ ਹੁਣ ਮਤਲਬ ਉਹਨਾਂ ਦਾ ਗੁਜ਼ਾਰਾ ਨਹੀਂ ਹੈ ਇੰਡੀਆ ਬਿਨਾ ਉਹਨਾਂ ਨੂੰ ਪੰਗਾ ਨਹੀਂ ਇਸ ਲੈਣਾ ਚਾਹੀਦਾ ਹੂੰ ਪਰ ਚਲੋ ਫਟਾਫਟ ਹੀ ਉਹਨਾਂ ਨੇ ਫੇਰ ਉਹ ਵੀ ਕਰ ਲਿਆ ਬਾਣੀਆਂ ਨੂੰ ਮੂੰਛਾਂ ਥੱਲੇ ਵੀ ਕਰ ਲੀਆਂ ਜਿਵੇਂ ਪਠਾਨ ਨਾਲ ਲੜਦੇ ਸੀ ਨਾ ਬਾਣੀਆਂ ਹੂੰ ਤੇ ਮੂੰਛਾਂ ਵਿੱਚ ਉਹ ਪਠਾਨ ਮਤਲਬ ਉਹਨੂੰ ਕਹਿੰਦਾ ਕਹਿੰਦਾ ਵੀ ਲੜਨਾ ਹੈ ਕਹਿੰਦਾ ਹਾਂ ਦੇਖ ਲੈ ਕਹਿੰਦਾ ਮੂੰਛਾਂ ਫਟਾ ਦੋਨੇ ਦਈ ਗਏ ਪਠਾਨ ਕਹਿੰਦਾ ਠਹਿਰ ਜਾ ਪਠਾਨ ਨੇ ਜਾ ਕੇ ਆਪਣਾ ਕਰੇ ਸਾਰੇ ਨਿਆਣੇ ਨਿੱਕੇ ਵੱਢ ਕੇ ਤਲਵਾਰ ਲੈ ਕੇ ਆ ਗਿਆ ਕਹਿੰਦਾ ਹੁਣ ਦੱਸ ਹੂੰ ਉਹ ਬਾਣੀਆਂ ਕਹਿੰਦਾ ਪੰਥਲੇ ਕਰ ਲੈਨੇ ਮੂੰਛਾਂ ਆਪਣਾ ਕੀ ਹੈ ਕਹਿੰਦਾ ਐਡੀ ਕਿਹੜੀ ਗੱਲ ਹੈ ਸੋ ਸੋ ਕਰ ਇੰਡੀਆ ਨੇ ਇਹ ਮੈਂ ਤਾਂ ਨਹੀਂ ਕਰਿਆ ਇਹਨਾਂ ਨੇ ਤਾਂ ਆਈਟੀ ਸੈਲ ਨਾਲ ਹੀ ਕੁੱਟ ਲਿਆ ਉਹ ਮਤਲਬ ਚਾਹੇ ਕਿਉਂਕਿ ਗੁਜਰਾਤੀ ਮਾਈਂਡ ਹੈ bizness ਦੇ ਵਿੱਚ ਮਾਰਦੇ ਨੇ ਉਸ ਤਰੀਕੇ ਨਾਲ ਸੋ ਇਹਨਾਂ ਦਾ ਸੌਖੇ ਚ ਹੀ ਸਰ ਗਿਆ ਕਿ ਥੋੜੀਆਂ ਕੈਨਸਲ ਹੋਣ ਨਾਲ ਇੱਕ ਵਾਰ ਚਲਾਉਣ ਨਾਲ ਹੀ ਉਹ ਉਹ ਕਹਿੰਦੇ ਜੀ ਠੀਕ ਹੈ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਸਰ ਜੀ ਸਾਡਾ ਪ੍ਰੋਗਰਾਮ ਚੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਓਕੇ ਥੈਂਕ ਯੂ so much ਸਰੋਤਿਆਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ